ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਵੱਡਾ ਹੰਗਾਮਾ। ਕਈ ਲੋਕ ਹੋਏ ਜ਼ਖਮੀ। ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੋ ਦੁਕਾਨਦਾਰਾਂ ਦੇ ਵਿਚਾਲੇ ਕਾਫੀ ਜ਼ਿਆਦਾ ਲੜਾਈ ਹੋਈ, ਜਿਸ ਕਾਰਨ ਕਈ ਲੋਕ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਦੁਕਾਨਦਾਰਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਜਿਹੀ ਬਹਿਸ ਹੋਈ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਹੰਗਾਮਾ ਹੋਇਆ। ਤਾਂ ਤਸਵੀਰਾਂ ਸਾਹਮਣੇ ਆਈਆਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਪਾਰਕਿੰਗ ਦੇ ਵਿੱਚ, ਜਿਹੜੀ ਸਾਹਮਣੇ ਪਾਰਕਿੰਗ ਹੈ ਗੁਰਦੁਆਰੇ ਦੀ ਦੁਕਾਨਾਂ ਦੇ ਬਾਹਰ ਵਾਲੀ ਸਾਈਡ, ਉੱਥੇ ਕਿੰਨੀ ਜ਼ਿਆਦਾ ਸਪੀਡ ਦੇ ਵਿੱਚ ਗੱਡੀ ਘੁਮਾਈ ਜਾਂਦੀ ਹੈ ਅਤੇ ਕਈ ਲੋਕਾਂ ਨੂੰ ਦੜਿਆ ਜਾਂਦਾ ਹੈ। ਤਾਂ ਦੱਸ ਦਈਏ ਕਿ ਇਸ ਦੌਰਾਨ 6 ਤੋਂ 7 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਕਾਫੀ ਜ਼ਿਆਦਾ ਸੀਰੀਅਸ ਹੈ ਅਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ। ਤਾਂ ਇਸ ਮੌਕੇ ਘਟਨਾ ਸਥਲ 'ਤੇ ਮੌਜੂਦ ਲੋਕਾਂ ਨਾਲ ਜਦੋਂ ਇਸ ਘਟਨਾ ਬਾਬਤ ਗੱਲਬਾਤ ਕੀਤੀ ਅਤੇ ਪੀੜਤ ਦੁਕਾਨਦਾਰ ਨਾਲ ਜਦੋਂ ਇਸ ਮਾਮਲੇ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਹਨਾਂ ਕੀ ਦੱਸਿਆ, ਆਓ ਸੁਣਦੇ ਹਾਂ। ਭਾਈ ਦੁਖਨਵਾਨ ਸਾਹਿਬ ਬੋਲ ਕੜੇ ਕਰਪਾਨਾ ਜੀ, ਮਾਮਲਾ ਕੀ ਹੈ ਜਿਹੜਾ? ਮਾਮਲਾ ਕੋਈ ਸ਼ਟਰ ਬੰਦ ਕਰਕੇ ਜਾਣ ਲੱਗੇ ਸੀ ਅਸੀਂ, ਪਤਾ ਨਹੀਂ ਕੀ ਹੈ, ਅੱਖਾਂ ਘੂਰਨ ਲੱਗ ਗਿਆ, ਘੂਰੀ ਜਾਂਦਾ ਫਿਰ ਗੰਦੇ ਗੰਦੇ ਗਾਲਾਂ ਕੱਢਣ ਲੱਗ ਗਿਆ, ਗੰਦੇ ਗੰਦੇ ਗਾਲਾਂ, ਅਸੀਂ ਦੋਵੇਂ ਖੜੇ, ਮੈਂ ਗਾਲਾਂ ਕੱਢ ਰਿਹਾ, ਗਾਲੇ ਬਾਅਦ ਬਸ ਸਵੇਰੇ ਸੀਡੀਓ ਕਢਾਉਣਾ, ਉਹਦੇ ਕੈਮਰੇ ਜਾਏਗਾ, ਉਹਨੇ ਆਪਣੀ ਦੁਕਾਨ ਤੋਂ ਜੋ ਗੰਡਾਸੀ ਜੋ ਕੜੇ ਕਰਪਾਨਾ ਉਹਦੇ ਹੀ ਪਏ ਹੈ ਭਾਜੀ, ਜਦ ਜਗ੍ਹਾ ਮਾਰਨ ਲੱਗ ਗਿਆ, ਮੈਂ ਆਪਣੀ ਜਾਨ ਬਚਾਈ ਉੱਪਰ ਭੱਜ ਗਏ, ਅਸੀਂ ਮਾਰਿਆ ਭੱਜਿਆ, ਅਸੀਂ ਮੰਗੋ ਸੰਗਤ ਨੇ ਕਿੱਥੇ ਗਿਆ ਮੁੰਡਾ, ਸੰਗਤ ਨੇ ਭਾਈ ਗੰਡਾਸੀ ਵੀ ਤੁਸੀਂ ਖੋਈ, ਗਾਲਾ ਉੜਾ ਕਰ ਦੋ ਮੁੰਡੇ ਭੱਜ ਗਿਆ, ਉਹ ਚਲਾ ਗਿਆ, ਅਸੀਂ ਫਿਰ ਬੰਦਾ ਆਉਣ ਲੱਗੇ, ਮੇਰੇ ਜੀਜੇ ਵਗੈਰਾ ਫੈਮਿਲੀ ਆ ਗਈ ਮੇਰੀ, ਇੱਕਦਮ ਗੱਡੀ ਲੈ ਕੇ ਆਇਆ, ਇਹਦਾ ਪਿਓ ਕਹਿੰਦਾ, ਮੈਂ ਕਿਹਾ ਇਹਨੂੰ ਰੁਕ ਜਾਓ, ਪਿਓ ਕਹਿੰਦਾ ਦੇਖੀ ਕਿ ਪਾੜ ਜਿਹੜਾ ਪਾੜਨ, ਗੱਡੀ ਭਾਈ ਉਹਨੇ ਇੰਨੀ ਸਪੀਡ ਚਲਾਈ ਨੇ ਕੱਢ ਮੇਰੇ ਸਾਹਮਣੇ, ਮੇਰੇ ਜੀ ਤਰ ਲਿਆ ਹੈ ਉੱਪਰ ਚਲਾਈ ਹੈ ਭਾਜੀ, ਪੂਰੀ ਸ਼ੋਪੂਰੀ ਜੀ ਸਾਰੀ ਸੰਗਤ ਵਾਈਡੀ ਹੈ ਕਿ ਭਾਈ ਵੀਡੀਓ ਹੈ ਕਿ ਬੜੇ ਗੇੜੇ, ਬੜੇ ਬੰਦੇ ਗੇੜੇ ਗੱਟੇ ਵਿੱਚ ਮਾਰੋ ਤੇ ਵਿੱਚ ਮਾਰੋ ਤੇ ਵਿੱਚ ਮਾਰ, ਜਦੋਂ ਅਸੀਂ ਫੜਨ ਲੱਗੇ ਪੁਲਿਸ ਆ ਗਈ, ਸਾਰੀ ਪੁਲਿਸ ਨੂੰ ਉੱਪਰ ਲੈ ਕੇ ਫੋਨ ਲੈ ਕੇ, ਸਾਨੂੰ ਕਹ ਇਹ ਬੰਦਾ ਨਸ਼ੇ ਵੀ ਕਰਦਾ, ਜ਼ਖਮੀ ਹੋਏ ਆ ਇਹਦੇ ਭਾਜੀ, ਮੇਰੇ ਸਾਹਮਣੇ ਮੇਰੇ ਵੀ ਚੜਾਈ ਹੈ ਗੱਡੀ ਹੋਈ, 6-7 ਬੰਦੇ ਹੋਏ ਆ ਜੀ, ਜੋ ਮੈਂ ਦੇਖਿਆ 2 ਦਿਨ ਹੈ, ਬਾਕੀ ਉਹ ਸਾਰੀ ਸੰਗਤ ਕਹਿ ਰਹੀ ਹੈ, ਮੈਂ ਤਾਂ ਹੋਸ਼ ਦੀ ਮੌਤ ਮੌਤ ਵੀ ਹੋਈ ਹੈ, ਨਹੀਂ ਕੋਈ ਕਹਿ ਰਿਹਾ ਜੀ, ਸੀਰੀਅਸ ਹੈ, 1-2 ਦੇ ਲੱਤਾਂ ਦੋਵੇਂ ਚੜੀਆਂ ਗਈਆਂ ਜੀ, ਤੇ ਉਹ ਬੰਦਾ ਕਹਿ ਰਿਹਾ ਮੈਂ ਦੁਕਾਨ ਵੀ ਖੋਲਾਂਗਾ, ਤਾਂ ਪਿਓ ਕਹਿੰਦਾ ਸਭ ਕੁਝ ਕਰਾਂਗਾ, ਕਦੀ ਵੀ ਨਹੀਂ ਹੋਇਆ ਸਾਡਾ, ਕਦੀ ਵੀ ਨਹੀਂ ਹੋਇਆ, ਪਹਿਲੀ ਕੋਈ ਲੈਣਾ ਦੇਣੀ ਨਹੀਂ ਹੈ ਸਾਨੂੰ, ਪਤਾ ਨਹੀਂ ਇਹ ਕਹਿੰਦਾ ਸਾਡਾ ਮੁੰਡਾ ਮੈਂਟਲ ਹੈ, ਕਿਹੜੇ ਪਾਸੋਂ ਮੈਂਟਲ ਹੈ ਜੀ, ਦੁਕਾਨਦਾਰੀ ਨੌਕਰੀ ਮਿਲੀ ਵੀ ਸ਼ੋਕਮਣੀ ਕਮੇਟੀ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਭਾਜੀ, ਕਤਲ ਦਾ ਕੇਸ ਪਾਵਾਂਗੇ, ਸਾਰੇ ਬੰਦੇ ਦਾ ਮਾਰਤੇ ਇਹਨਾਂ ਨੇ, ਛੱਡਿਆ ਕਿ ਇਹਨਾਂ ਨੇ ਸਾਡੀ ਦੁਕਾਨ ਦਾ ਬੇੜਾ ਕਰ, ਦੇਖੋ ਜੀ ਆਪਾਂ ਚ ਘੂਰ ਰਹੇ ਸੀ ਜੀ, ਉਹ ਕਹਿੰਦਾ ਤੂੰ ਮੈਨੂੰ ਕਿਉਂ ਘੂਰ ਰਿਹਾ, ਉਹ ਕਹਿੰਦਾ ਤੂੰ ਕੀ ਕਰ ਲਏਗਾ, ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ, ਮੈਂ ਖੋਲੀ ਨੂੰ ਜਾਣਦਾ, ਅਸੀਂ ਕਿਹਾ ਜੀ ਚਲੋ ਛੱਡੋ ਕੋਈ ਗੱਲ ਨਹੀਂ, ਉਹ ਕਿਰਪਾਨ ਲੈ ਕੇ ਆਇਆ ਮੁੰਡੇ ਦਾ, ਕਿਰਪਾਨ ਮਾਰੀ ਜੀ ਉਹਨੇ, ਮੈਂ ਕਿਰਪਾਨ ਚੜਾਈ ਦੁਕਾਨ ਦੇ ਅੰਦਰ ਵੜ ਕੇ ਜੀ, ਮੈਂ ਕਿਰਪਾਨ ਚੜਾਈ, ਪਰ ਉਹਨੇ ਗੰਡਾਸੀ ਮਾਰੀ ਜੀ, ਪਰ ਉਹਨੇ ਇੱਟਾਂ ਮਾਰੀਆਂ, ਸਾਰੇ ਸ਼ੀਸ਼ੇ ਤੋੜਤੇ ਜੀ, ਦੁਕਾਨ ਕਿੰਨੇ ਲੋਕ ਜ਼ਖਮੀ ਹੋਏ ਆ, 6-7 ਮੁੰਡੇ ਜ਼ਖਮੀ ਹੋਏ ਆ ਜੀ, ਇੱਕ ਮੁੰਡਾ ਸੀਰੀਅਸ ਹੈ, ਇੱਕ ਮੁੰਡਾ ਸੀਰੀਅਸ ਹੈ ਜੀ, ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਬਾਕੀ ਕਾਰਵਾਈ ਕੀਤੀ ਜਾ ਰਹੀ ਹੈ। ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।